otherwise welcome back to my new vlog. ਤੇ ਚੱਲਦੇ ਆ ਆਪਾਂ ਅੰਦਰ ਮੁੰਡੇ ਤਿਆਰ ਹੁੰਦੇ ਆ ਮੈਂ ਸੱਚ ਕਮਰਾ ਖਾਲੀ ਕਰਨਾ ਕਮਰੇ ਦਾ ਆਹੋ ਕੁਛ ਹਾਲ ਆ ਆਪਣਾ ਤਾਂ ਪੂਰਾ ਐਂ ਟਿਚਨ ਕਰਕੇ ਰੱਖਿਆ ਫਿਰ ਇਹਨਾਂ ਹਜੇ ਕਰਨਾ ਸਮਾਨ ਆਪਾਂ ਦੇਖ ਲਾ ਕੋਈ ਨਹੀਂ ਰਹਿੰਦਾ ਇੱਥੇ ਜਾਣਾ ਆਪਾਂ ਨੇ ਪਾਰਟੀਸ਼ਨ ਮਿਊਜ਼ੀਅਮ ਤੇ ਉੱਥੇ ਜਲਿਆਣਾ ਬਾਗ ਤੇ ਚੱਲਦੇ ਹਾਂ ਫਿਰ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਫਿਰ ਮਿਲਦੇ ਹਾਂ ਚਲੋ ਆ ਗਏ ਮੁੰਡੇ ਚੱਲੀਏ ਤੇ ਹੁਣ ਚੱਲਦੇ ਪਾਰਟੀਸ਼ਨ ਮਿਊਜ਼ੀਅਮ ਦੇਖਦੇ ਉੱਥੇ ਜਾ ਕੇ ਜੇ ਵੀਡੀਓ ਅਲਾਊਡ ਹੋਈ ਤਾਂ ਵੀਡੀਓ ਬਣਾ ਲਾਂਗੇ ਨਹੀਂ ਤਾਂ ਬਾਹਰੋਂ ਬਾਹਰੋਂ ਦੀ ਨਾ ਚੱਲਾਂਗੇ ਆਪਾਂ ਘੈਂਟ ਕੰਮ ਐਨਕ ਆਪਾਂ ਲਾਈ ਲੈਤੀਆਂ ਜਾਂ ਐਨਕ ਨਹੀਂ ਲਾਉਣੀ ਹੈਗੀ ਤੇ ਸਾਰੀ ਸਾਰੀ ਐਨਕ ਲਾ ਕੇ ਹੀ ਰੱਖਾਂਗੇ ਦਿਨੇ ਦਿਨੇ ਬਸ ਆਪਣੀ ਡੇਢ ਦੋ ਵਜੇ ਆਪਣੇ ਟ੍ਰੇਨ ਵੀ ਹੈਗੀ ਹੈ ਡੇਢ ਵਜੇ ਮੇਰੇ ਖਿਆਲ 'ਚ ਅਤੇ ਉਹ ਵੀ ਚੱਲਣਾ ਆਪਾਂ ਨੇ ਹੁਣ ਟਾਈਮ ਹੋ ਗਿਆ 9:30 ਅਤੇ ਅੱਗੇ ਚੱਲਦੇ ਹਾਂ ਫਿਰ ਬਾਜ਼ਾਰ 'ਚ ਮਤਲਬ ਪਾਰਟੀਸ਼ਨ ਮਿਊਜ਼ੀਅਮ ਜਾਣਾ ਉਹਦਾ ਆਪਣੇ ਜਿੱਥੇ ਆਪਣਾ ਕਮਰਾ ਲਿੱਤਾ ਉਹਦੇ ਗੱਬੇ ਹੀ ਹੈ ਜਮਾਂ ਚਲੋ ਉੱਥੇ ਜਾਂਦੇ ਹਾਂ ਆ ਗਿਆ ਬਸ ਜਿੱਥੇ ਪਾਰਟੀਸ਼ਨ ਮਿਊਜ਼ੀਅਮ ਆ ਇੱਧਰ ਆਪਣਾ ਕਮਰਾ ਸੀ ਜਿੱਥੇ ਕਿਰਾਏ 'ਤੇ ਲਿੱਤਾ ਚੱਲਦੇ ਹਾਂ ਫਿਰ ਅੰਦਰ ਪਾਰਟੀਸ਼ਨ ਮਿਊਜ਼ੀਅਮ ਤਿੰਨ ਦਿਨਾਂ ਦਾ ਤੁਸੀਂ ਆਈ ਕੁਛ ਦੇਖਿਆ ਨਾ ਦਿਨ ਦਾ ਮਾਹੌਲ ਦੇਖ ਲਓ ਅੱਗੇ ਰਾਤ ਦਾ ਦੇਖਦੇ ਹਾਂ ਇੱਧਰ ਮਹਾਰਾ ਰਣਜੀਤ ਸਿੰਘ ਦਾ ਪੁੱਤ ਫਿਰ ਫੁਹਾਰਾ ਜੀ ਆਉਂਦਾ ਮੇਰੇ ਵੀਰੇ ਆ ਰਾਤ ਨੂੰ ਇੰਨਾ ਸੋਹਣਾ ਲੱਗਦਾ ਹੁਣ ਦੇਖ ਲਓ ਕਿੰਨਾ ਉਹ ਲੱਗਦਾ ਰਾਤ ਨੂੰ ਪੂਰਾ ਚਾਨਣ ਹੁੰਦਾ ਸਿਰਾ ਲਾਇਆ ਪੈਂਦਾ ਉੱਥੇ ਜਾ ਕੇ ਪਤਾ ਕਰਦੇ ਹਾਂ ਅਬਲਾ ਮੇਰੇ ਘਰ 10 ਵਜੇ ਖੁੱਲਦਾ ਖਨੀ 9 ਵਜੇ ਖੁੱਲਦਾ ਫਿਰ ਜਿਲ੍ਹੇ ਵਾਲਾ ਬਾਗ ਚੱਲਾਂਗੇ ਹਾਂ ਖੁੱਲਿਆ ਹੋਇਆ ਫਿਰ ਤਾਂ ਇੱਥੇ ਜਾ ਆਵਾਂਗੇ ਨਹੀਂ ਤਾਂ ਫਿਰ ਇਸ ਤੋਂ ਬਾਅਦ ਜਿਲ੍ਹੇ ਵਾਲਾ ਬਾਗ ਚੱਲਾਂਗੇ ਇਹ ਲੇਟ ਖੁੱਲਦਾ ਹੋਇਆ ਜੇ ਪਾਰਟੀਸ਼ਨ ਮਿਊਜ਼ੀਅਮ ਅੰਮ੍ਰਿਤਸਰ 10 ਵਜੇ ਓਪਨਿੰਗ ਆ ਦੇਖੋ ਤੁਸੀਂ ਕਿੰਨਾ ਭੇਦਭਾਵ ਚੱਲ ਇੱਕ ਕੰਮ ਦਿੰਦਾ ਸਾਧਨ ਵੀ ਆ ਇੰਡੀਅਨ ਦੇ 10 ਰੁਪਏ ਦੂਜੇ ਲਈ ਫੋਰਨਰ ਦੇ 250 ਤੇ ਚੱਲਦੇ ਹਾਂ ਫਿਰ ਅੱਗੇ ਇੱਧਰ ਸਟਾਰਬਕ ਰੰਗੀਨ ਪੰਜਾਬ ਅੰਮ੍ਰਿਤਸਰੀ ਫੂਡ ਰੰਗ ਪੰਜਾਬ ਸੱਚ ਧੁੱਪ ਪੂਰੇ ਸਿਖਰਾਂ 'ਤੇ ਹੀ ਆ ਇਹਦਾ ਆਪਣੀ ਐਨਕ ਲਦਾਈ ਕਰਕੇ ਧੁੱਪ ਘੱਟ ਲੱਗ ਰਹੀ ਹੈ ਐਨ ਪੂਰੇ ਉਹਦੇ ਸਿਖਰਾਂ 'ਤੇ ਆ ਫੁੱਲ ਜ਼ੋਰ ਆ ਧੁੱਪ ਦਾ ਦਿਨ ਤੇ ਜਣੇ ਆਏ ਜੀ ਆਪਾਂ ਨੇ ਜਮਾਂ ਭੀੜ ਨਹੀਂ ਸੀਗੀ ਦੇਖੋ ਜਮਾਂ ਬਾਜ਼ਾਰ ਖਾਲੀ ਪਿਆ ਸੀ ਹੁਣ ਤੁਸੀਂ ਭੀੜ ਦਿਖਾਉਂਦਾ ਮੈਂ ਪੂਰੇ ਰੌਣਕ ਚੱਲ ਰਿਹਾ ਟੀ ਟੀ ਪੀ ਪੀ ਹੋਈ ਜਾ ਰਹੀ ਆ ਲੋਕ ਹੁਣ ਕਿਉਂਕਿ ਨਤਮਸਤਕ ਹੋਣ ਜਾ ਰਹੇ ਆ ਉਹ ਸਾਡੇ ਦਰਬਾਰ ਸਾਹਿਬ ਤੇ ਉਹ 'ਚ ਵੀ ਇੰਨੀ ਭੀੜ ਨਹੀਂ ਸੀਗੀ ਸਾਨੂੰ ਇੰਨੇ ਟਾਈਮ ਵੀ ਇੰਨੀ ਭੀੜ ਨਹੀਂ ਲੱਗੀ ਹੋਈ ਭੀੜ ਚੱਕ ਕਰੋ ਮੇਰੇ ਮਗਰ ਆਉਂਦੇ ਆ ਤੁਹਾਨੂੰ ਬਾਜ਼ਾਰ 'ਚ ਦਿੰਦੇ ਹੋਣਗੇ ਪਰ ਹੋ ਗਿਆ ਖਾਸਾ ਮਾਹੌਲ ਖਾਸ ਜਰਿਆਂ ਬਾਗ ਨੂੰ ਵੀ ਅਸੀਂ ਲੇਟ ਕਰਤਾ ਸਵੇਰੇ ਵਧੀਆ ਲੱਗਦਾ ਪਰ ਚਲੋ ਦੇਖਦੇ ਹੁਣ ਅੰਦਰ ਜਾ ਕੇ ਦੁਬਾਰਾ ਬਣਿਆ ਉਦੋਂ ਤਾਂ ਪਹਿਲੀ ਵਾਰੀ ਆਇਆ ਮੈਂ ਅਤੇ ਉਦੋਂ ਪਹਿਲਾਂ ਤਾਂ ਆਇਆ ਮੈਂ ਦੋ ਵਾਰੀ ਆਇਆ ਹਾਂ ਉਦੋਂ ਬਾਅਦ ਪਹਿਲੀ ਵਾਰੀ ਆਇਆ ਹੁਣ ਲੋ ਆ ਗਿਆ ਆਪਾਂ ਜਲਿਆਂਵਾਲਾ ਬਾਗ ਅੰਦਰ ਚੱਲਣਾ ਜਲਿਆਂਵਾਲਾ ਬਾਗ ਲੋ ਜੀ ਆ ਗਏ ਜਲਿਆਂਵਾਲਾ ਬਾਗ ਪਹਿਲਾਂ ਤੁਸੀਂ ਇਹ ਦੇਖੋ ਤੁਸੀਂ ਕੰਧ ਦੀ ਜਗ੍ਹਾ ਦੇਖਣਾ ਵੜਤੀ ਹੈ ਕੰਧ ਪੂਰੀ ਲਹੂ ਇਹਦੇ ਨਾਲ ਲੱਗੇ ਲੋਕਾਂ ਦੇ ਹੱਥਾਂ ਦੇ ਨਿਸ਼ਾਨ ਸੀਗੇ ਇੱਥੇ ਆਹ ਦੇਖ ਲਓ ਤੁਸੀਂ ਕਿੰਨਾ ਇਹਨੇ ਉਹ ਕਰਤਾ ਇਤਿਹਾਸ ਖਤਮ ਕਰਦੇ ਜਾ ਰਹੇ ਨੇ ਇਤਿਹਾਸ ਖਤਮ ਨਹੀਂ ਕਰਦੇ ਜਾ ਰਹੇ ਇੰਨਾ ਵਧੀਆ ਸੀ ਇੱਥੇ ਕੀ ਕਰਕੇ ਧਰਤਾ ਜਾ ਰਿਹਾ ਉਹ ਗੇਟ ਰਾਹੀਂ ਫੌਜ ਆਈ ਸੀਗੀ ਗੋਰੀ ਫੌਜ ਜਨਰਲ ਡਾਇਰ ਆਇਆ ਸੀਗਾ ਇੱਥੇ ਲੋਕਾਂ ਦਾ ਵਿਸਾਖੀ ਵਾਲੇ ਦਿਨ ਉਹ ਚੱਲ ਰਿਹਾ ਸੀਗਾ ਜਿਵੇਂ ਇਕੱਠ ਭਾਰੀ ਇਕੱਠ ਹੁੰਦਾ ਉਹ ਇਕੱਠ ਹੋਇਆ ਸੀ ਵਿਸਾਖੀ ਵਾਲੇ ਦਿਨ ਅਤੇ ਇਕੱਠ ਹੋਇਆ ਜੀ ਇੱਥੇ ਲੋਕਾਂ ਨੂੰ ਮਾਰਿਆ ਗਿਆ ਸੀ ਗੋਲੀਆਂ ਨਾਲ ਰੈਨੋਵੇਸ਼ਨ ਪੂਰੀ ਕਰਤੀ ਜਮਾਂ ਬਦਲਤਾ ਯਾਰ ਜੇ ਤੁਸੀਂ ਕਿਸੇ ਕੀ ਕਹਾਉਣ ਸਿੱਧੀ ਪੰਜਾਬੀ ਭਾਸ਼ਾ 'ਚ ਕਹਿਣਾ ਬਦਲਦਾ ਤਰ ਸਾਰਾ ਇਤਿਹਾਸ ਹੀ ਬਦਲ ਕੇ ਧਰਤਾ ਇਹਨਾਂ ਨੇ ਜਮਾਂ ਹਾਂ ਇੱਕ ਪਾਸੇ ਟੂਰਿਸਟ ਪਲੇਸ ਬਣਾ ਕੇ ਧਰਤੀ ਇਹਨਾਂ ਨੇ ਸਾਰਾ ਇਤਿਹਾਸ ਬਦਲ ਕੇ ਧਰਤਾ ਨੇ ਬਸ ਇੱਕ ਯਾਦਗਾਰੀ ਦੇ ਤੌਰ 'ਤੇ ਹੀ ਆ ਹੁਣ ਉੱਧਰ ਜੋਤ ਚੱਲਦੀ ਹੈ ਜਿਹੜੀ ਸਾਰੀ ਰਾਤ ਦਿਨ ਪਰ ਰਾਤ ਚੱਲਦੀ ਰਹਿੰਦੀ ਹੈ ਨਾ ਜੋੜੇ ਤਾਰ ਕੇ ਕਹਿ ਦਿੰਦੇ ਹਾਂ
सारे आजादी घलाटी ने लाल लाजपत राय गोपाल सिंह सराभ मदर लाल डीगरा सत्तर सिंह जीना इंद्र सिंह विरक सारे ही आजादी घलाटी ने जिन्होंने आजादी कराने का फिर लाभ सिंह म्यूजियम हम बनाया है वो गल नहीं यार है तोड़ मरो शहीद ऊधम सिंह की अस्थियां ने शहीद ऊधम सिंह जिन्हों का बहुत साथ था देश में आजाद कराने में बहुत बड़ा संघर्ष है जनरल डायर का भी बदला लिता जिन्होंने जनरल डायर को मारा जिन्होंने जिला ने बाग का बदला लिता जनरल डायर को मार के गेट कटे एग्जिट करता है पहले कंध होंगी जी तोड़ मरोड़ करी जाते हैं कंध होंगी सी सारे आले दुआले बंद सी जलियाना बाग भजन लोगों ने एक गली सी बस एक थां ही सी भजन इन्होंने ऐ पेश कर हाँ लगे ही ना भी हाँ भी इन्ना खतरनाक हैगा है। देखो तो पहले आले दुआले सारे पास बंद सी ए टू जैड इतने आ जिते चौर समार्क करे ने गोलियों के निशान चले ने इतने भी आ लागे पहला तो बहुत सोहना सी जो अभी पहला आए थे थोड़ा अगे जाके दिखाने जी सामने लोग कंध कुछ लोग कंध भी टप्पे ने कोशिश लोगों ने बहुत करी है कंधा च गोलियां लगिया ने इधर गोलियां लगिया उधर खूह भी है थोड़ा खूह भी दिखावा खूह लोगों ने छाला मारते किन्ने लोग अजय ही मारे गए ने न्यायी मौत आपकी तो देखो तो पेश देखो थोड़ा किमें कर जा रहा है इन्होंने हाँ चीज़ वधिया करती चलो ये मानते हैं जी चीज़ा जिते मेन इतिहास है वह चीज़ तो ना खराब करो दिखाने सर गोलियों के निशान उत्ते कंध भी करती इन्होंने पहला इन्नी कंध होंगी सी जिथे ती आ बार्डर इन्ना कंध होंगी जी उत्ते भी कंध करके उत्ते हो पाता सारिया गोलियां ने करती उत्ते कंध तो एड्डी चाढ़ती आप ही देख लो हम की आप कह सकते हैं उपर कंध करने की इतिहास तो यही जी भी कंधा च लोगों ने छाला मारिया ने कंधा लोग भज भज चढ़े ने यह निशान सारे गोलियां ने लोग इतो कंधा चढ़ते भी मारे गए ने कंधा च बल देखो तुम कि पुराने कंध ने चुने च शुक्र आज इतने छड़ता इन्होंने हाँ देखो इट पुरानी लगी हुई है पहले थान नीव आता जी उच्च आता हम बराबर करता देखो गोलियां ने सान ने थले भी गोलियां लगी ने उच्चा करता दसी जाना पर नीव आता जी देखो तीन गोलियां थले भी लगी ने अरे होर चीजा ना तोड़ मरोड़ कर दो यार देखिए हम कि अपने इतिहास ना तोड़ मरोड़ हो रही है कंधा बल देख बल आया इधर नडेडी एक बस झुकी हुई कंध
ਬੁਲਟ ਮਾਰਕ 28 ਮਾਰਕ ਨੇ 28 ਗੋਲੀਆਂ ਲੱਗੀਆਂ ਜਨਰਲ ਡਾਇਰ ਦੇ ਤੇ ਸ਼ਹੀਦੀ ਸਤੰਭ ਬਣਾਇਆ ਇਹਨਾਂ ਨੇ ਸ਼ਹੀਦਾਂ ਦੀ ਸ਼ਰਧਾ ਸ਼ਰਧਾਂਜਲੀ ਦਾ ਸਫਾਈ ਦੇਖੋ ਕਿੰਨੀ ਕੁ ਵਧੀਆ ਸਫਾਈ ਹੈ ਨਾ ਇਹ ਚੀਜ਼ ਨੂੰ ਸਫਾਈ ਕਰਨੀ ਚਾਹੀਦੀ ਕੀ ਕਰਨਾ ਚਾਹੀਦਾ ਇਹਨਾਂ ਪੁੱਛਣਾ ਹੋਵੇ ਪਾਣੀ ਤਾਂ ਚਲੋ ਹਰੇ ਬਾਈ ਮਾਰ ਗਿਆ ਮਾਰ ਗਿਆ ਕੂੜਾ ਕਰਕਟ ਦੇਖੋ ਬਾਰਾ ਤੁਸੀਂ ਕਿੰਨਾ ਦੇ ਵਿੱਚ ਵਿਜ਼ੀਬਿਲਿਟੀ ਖਤਮ ਕਰਤੀ ਯਾਰ ਉਹ ਪੈਸੇ ਪੂਸੇ ਛੱਡਦੇ ਆ ਲੋਕ ਯਾਰ ਦੇਖੋ ਇਹਦਾ ਇਹ ਉਹ ਗੂਆ ਜਿਹਦੇ ਚ ਲੋਕਾਂ ਨੇ ਇੰਨੇ ਨੇ ਛਾਲਾਂ ਮਾਰੀਆਂ ਨੇ ਬਹੁਤ ਲੋਕ ਮਰੇ ਵਿਜ਼ੀਬਿਲਿਟੀ ਖਤਮ ਕਰਤੀ ਜਮਾ ਹੀ ਹੁਣ ਕੀ ਦਿਖਾਈਏ ਇੱਥੇ ਕੀ ਹਰੇਕ ਜਗ੍ਹਾ 28 ਗੋਲੀਆਂ ਲਿਖੀਆਂ ਹੋਈਆਂ ਨੇ ਦੇਖ ਲੋ ਕੰਮ ਤੇ ਚੜੇ ਹੋਣਗੇ ਤਾਂ ਗੋਲੀਆਂ ਦੇਖ ਲੋ ਕਿੱਥੇ ਲੱਗੀਆਂ ਨੇ ਸ਼ਹੀਦੀ ਖੂਹ ਇਹਦੇ ਲਿਖ ਕੇ ਲਾਇਆ ਵੀ ਕਿਰਪਾ ਕਰਕੇ ਖੂਹ ਵਿੱਚ ਪੈਸੇ ਨਾ ਸੁੱਟੋ ਲੋਕਾਂ ਨੇ ਪੈਸੇ ਦਾ ਢੇਰ ਲਾਇਆ ਪਿਆ ਉੱਥੇ ਵਿੱਚ ਵੀ ਬਹੁਤ ਨੇ ਬੱਚੇ ਯਾਰ ਸ਼ੀਸ਼ੇ ਲਾਤੇ ਇੱਥੇ ਦੀਂਦਾ ਹੈ ਨੀ ਸ਼ੀਸ਼ੇ ਸਾਫ਼ ਕਰਨ ਜਾਂਦਾ ਇਹਨੂੰ ਲੋਕ ਦੇਖ ਲਓ ਇੱਧਰ ਨੂੰ ਭੱਜੇ ਖੂਹਾਂ 'ਚ ਛਾਲਾਂ ਮਾਰੀਆਂ ਉੱਧਰ ਕੰਧਾਂ 'ਚ ਚੜ੍ਹੇ ਸਾਰੇ ਜਗ੍ਹਾ 'ਤੇ ਗੋਲੀਆਂ ਵੱਜੀਆਂ ਦੇਖ ਲੋਕਾਂ ਨੇ ਉੱਥੇ ਤੁਹਾਨੂੰ ਗਿਣਤੀ ਦੱਸਦੇ ਵੀ ਕਿੰਨੇ ਪਹਿਲਾਂ ਕਿੰਨੇ ਬੰਦੇ ਸੀਗੇ ਅਤੇ ਲਿਖ ਕੇ ਲਾਇਆ ਵੀ ਕਿੰਨੇ ਬੰਦੇ ਖੂਹ 'ਚ ਛਾਲ ਮਾਰੀ ਆ ਹੁਣ ਜਮੇ ਵੀ ਨਹੀਂ ਇਹਨਾਂ ਦੇ ਉਹ ਕੱਢਿਆ ਹੋਇਆ 1919 ਦੀ ਗੱਲ ਆ ਇੱਥੇ ਲੱਗਿਆ ਉਹ ਦੇਖ ਲਓ ਤੁਸੀਂ ਜਮੇ ਇਹਨਾਂ ਨੇ ਖਤਮ ਕਰਤਾ ਉਹ ਗੱਲ ਨਹੀਂ ਆ ਰਹੀ ਯਾਰ ਪਹਿਲਾਂ ਜਮਾਂ ਫਲੈਟ ਹੁੰਦਾ ਸੀ ਉਹ ਵੀ ਮਾਰਕ ਕਰੇ ਜੀ ਵੀ ਕਿੱਥੇ ਲੋਕ ਬੈਠੇ ਸੀਗੇ ਇੱਕ ਗਲੀ 'ਚ ਆਉਣ ਨੂੰ ਹੁਣ ਤਾਂ ਉੱਥੇ ਐਗਜ਼ਿਟ ਕਰਤਾ ਇਹਨੇ ਐਗਜ਼ਿਟ ਕਰਨਾ ਨਹੀਂ ਸੀਗਾ ਕਿਉਂਕਿ ਲੋਕਾਂ ਨੂੰ ਪਤਾ ਲੱਗਦਾ ਵੀ ਇੱਕੋ ਹੀ ਗਲੀ ਸੀ ਆਉਣ ਦੇ ਅੰਦਰ ਜਾਣ ਨੂੰ ਬਾਹਰ ਕੁਛ ਨਹੀਂ ਸੀਗਾ ਵਪਾਰਕ ਕਲੋਨੀਆਂ ਅਤੇ ਫੌਜੀ ਸਰਬੋਤਰਤਾ ਉੱਤੇ ਸਾਮਰਾਜਵਾਦੀ ਤਾਕਤਾਂ ਦੇ ਵਿਚਕਾਰ ਵਧਦੇ ਅਤੇ ਟਕਰਾਅ ਯੁੱਧਾਂ ਨੂੰ ਲੈ ਕੇ ਭਾਰਤ ਵਿੱਚ ਦੋ ਅੰਤਰ ਵਿਰੋਧੀ ਵਿਚਾਰ ਅੰਗਰੇਜ਼ਾਂ ਦੇ ਵਾਸਤਵਿਕ ਚਰਿੱਤਰ ਨੂੰ ਜਾਣਦੇ ਸਨ ਅਤੇ ਇਸ ਲਈ ਉਹਨਾਂ ਨੇ ਨਾ ਸਿਰਫ ਯੁੱਧ ਦੇ ਯਤਨ ਦਾ ਵਿਰੋਧ ਕੀਤਾ ਬਲਕਿ ਆਪਣੀਆਂ ਕ੍ਰਾਂਤੀਕਾਰੀ ਅਤੇ ਇਹਨਾਂ ਵਿੱਚੋਂ ਕਈਆਂ ਨੂੰ ਜ਼ਬਰਦਸਤੀ ਸੈਨਾ ਵਿੱਚ ਭਰਤੀ ਕੀਤਾ ਗਿਆ ਚਲੋ ਮਿਊਜ਼ੀਅਮ ਵਾਲਾ ਆਪਾਂ ਕੰਮ ਘੈਂਟ ਸਮਝ ਲੈਂਦੇ ਪੂਰਾ ਵੀ ਵਧੀਆ ਵੀ ਹੈ ਕਿਉਂਕਿ ਲੋਕਾਂ ਨੂੰ ਪਤਾ ਲੱਗਦਾ ਜਿਹੜੇ ਬਾਹਰ ਛੇੜਛਾੜ ਹੋਈ ਇਹ ਮਾੜੀ ਗੱਲ ਕਰੀ ਇਹਨਾਂ ਨੇ ਜਿਹੜਾ ਮਿਊਜ਼ੀਅਮ ਇਹ ਤਾਂ ਵਧੀਆ ਗੱਲ ਆ ਲੋਕਾਂ ਨੂੰ ਸਿੱਖਣ ਨੂੰ ਮਿਲਦਾ ਪੜ੍ਹਨ ਨੂੰ ਮਿਲਦਾ ਜਿਹੜੇ ਅਣਜਾਣ ਨੇ ਉਹਨੂੰ ਪੜ੍ਹ ਲੈਣਗੇ ਇੱਥੋਂ ਜਿਹਨਾਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਉਹ ਚੱਲਦੇ ਹਾਂ ਬਾਹਰ ਫਿਰ ਜ਼ਿਲ੍ਹਿਆਂ ਵਾਲੇ ਬਾਗ ਤੱਕ ਹੋ ਗਿਆ ਆਪਣਾ ਬਸ ਜਿਹੜੀ ਬਾਹਰਲੀ ਇਮਾਰਤ ਨਾਲ ਛੇੜਛਾੜ ਹੈ ਇਹ ਮਾੜੀ ਕਰੀ ਇਹਨਾਂ ਨੇ ਮਿਊਜ਼ੀਅਮ ਵਾਲਾ ਕੰਮ ਵਧੀਆ ਕਰਿਆ
ਪਾਸੇ ਨੂੰ ਭੱਖਣੇ ਹੋਏ ਗੋਲੀਆਂ ਇੱਥੇ ਚਲਾਈਆਂ ਜੜ ਕੇ ਹੁਣ ਬਾਹਰ ਜਾਣ ਦਾ ਰਸਤਾ ਉਹਨੇ ਇੱਧਰੋਂ ਕੱਢਤਾ ਨਾ ਪਹਿਲਾਂ ਇੱਕ ਗੇਟ ਹੁੰਦਾ ਸੀ ਲੋਕਾਂ ਨੂੰ ਲੱਗੂਗਾ ਹੁਣ ਦੋ ਗੇਟ ਐਗਜ਼ਿਟ ਕਰਤਾ ਕਿਉਂਕਿ ਜਿਹੜੇ ਗਾਈਡ ਨੇ ਆਪਣੇ ਜਿਹੜੇ ਪੰਜਾਬੀ ਗਾਈਡ ਨੂੰ ਤਾਂ ਸਮਝਾਉਂਦੇ ਨੇ ਗੋਰਿਆਂ ਨੂੰ ਪੂਰਾ ਮੈਂ ਉੱਥੇ ਸੁਣਿਆ ਮੁੰਡੇ ਦਾ ਉਹ ਕਹਿੰਦਾ ਵੀ ਇੱਕ ਗੇਟ ਸੀ ਅੰਗਰੇਜ਼ੀ 'ਚ ਕਹਿੰਦਾ ਸੀ ਵੀ ਇੱਕ ਗੇਟ ਸੀ ਸਾਰੇ ਪਾਸੇ ਕੰਧਾਂ ਸੀਗੀਆਂ ਹੁਣ ਤਾਂ ਇਹਨਾਂ ਨੇ ਕੱਢਤਾ ਜਦੋਂ ਹੁਣ ਕਰੇ ਇਹਨਾਂ ਨੇ ਰੈਨੋਵੇਸ਼ਨ ਜੀ ਮਿਊਜ਼ੀਅਮ ਵਾਲਾ ਕੰਮ ਠੀਕ ਆ ਕਿਉਂਕਿ ਲੋਕਾਂ ਨੂੰ ਸਿੱਖਣ ਨੂੰ ਮਿਲਦਾ ਜਿਹੜਾ ਬਾਹਰ ਛੇੜਛਾੜ ਵਾਲੀ ਕੰਮ ਇਹ ਮਾੜੀ ਗੱਲ ਕਰੀ ਹੈ ਕੱਢਤਾ ਇਹਨਾਂ ਨੇ ਗੇਟ ਹੈ ਨਹੀਂ ਸੀ ਇੱਥੇ ਜਾਣੀ ਕਿ ਪਹਿਲਾਂ ਮਾਰਕੀਟ 'ਚ ਕੱਢਤਾ ਚਲੋ ਗੇਟ ਤਾਂ ਕੋਈ ਉਹ ਚੱਕਰ ਨਹੀਂ ਪਰ ਕੰਧ ਤੋੜ ਕੇ ਕੱਢਿਆ ਆ ਗੇਟ ਹੈ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਵੀਡੀਓ ਵਧੀਆ ਲੱਗੀ ਇਹ ਚੈਨਲ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਪਹਿਲਾਂ ਦੇਖੋ ਕਿੰਨੀ ਚੌੜੀ ਗਲੀ ਕਰਤੀ ਹੈ ਇੰਨੀ ਚੌੜੀ ਸੜਕ ਤਾਂ ਹੈ ਨਹੀਂ ਸੀ ਇਹ ਤਾਂ ਬਹੁਤ ਛੋਟੀ ਉੱਧਰਲੀ ਸੜਕ ਹੀ ਸੀ ਤਾਂ ਹੁਣ ਨਵੀਂ ਬਣਾਈ ਇਹਨਾਂ ਨੇ ਚਲੋ ਮਿਲਦੇ ਫਿਰ ਨਵੀਂ ਵੀਡੀਓ ਨਵੇਂ ਸਿਲਸਿਲੇ